ਗੋਪੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਠੀਕ ਠਾਕ ਹੋ? ਵਧੀਆ। ਜੋ ਉਸ ਟਾਈਮ ਪਹਿਲਾਂ ਸਭ ਤੋਂ ਦੱਸੋ, ਸਭ ਤੋਂ ਪਹਿਲਾਂ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਵਰਿਆਮ ਸਿੰਘ ਹੈ। ਵਰਿਆਮ ਸਿੰਘ, ਵਰਿਆਮ ਸਿੰਘ ਮੇਰਾ ਨਾਂ ਹੈ। ਮੇਰੇ ਵੱਡੇ ਭਰਾ ਦਾ ਨਾਮ ਪੂਰ ਸਿੰਘ ਸੀ। ਅੱਛਾ ਜੀ। ਉਹ ਪੂਰਾ ਹੋ ਗਿਆ ਜਰਾ। ਅੱਛਾ ਜੀ। ਉਹ ਪਰਾਂ ਸੋ ਪੈਲਸ, ਉਹਨਾਂ ਪੈਲਸ ਪਿਆ ਵਾ। ਬੜਾ ਮਾਤਾ ਦੀ ਕਿਰਪਾ ਵਾ। ਠੀਕ ਹੈ। ਉੱਥੇ ਸਾਡੇ ਵੀ ਬੜੀ ਕਿਰਪਾ ਹੈ, ਸ਼ੁਕਰ ਮਾਤਾ ਦਾ ਬਹੁਤ ਕੋਈ। ਫਿਰ ਤੁਹਾਡਾ ਪਾਕਿਸਤਾਨ ਚ ਪਿੰਡ ਕਿਹੜਾ ਸੀ? ਸੌਂਕੜ ਮਿੰਡ ਸਾਡਾ ਪਿੰਡ ਦੱਸਿਆ। ਸੌਂਕੜ ਮਿੰਡ। ਹਾਂਜੀ ਹਾਂਜੀ। ਇਹਦੀ ਤਹਿਸੀਲ? ਤਹਿਸੀਲ ਪਸਰੂਰ ਸੀ ਤੇ ਜ਼ਿਲ੍ਹਾ ਸਿਆਲਕੋਟ ਸੀ। ਅੱਛਾ। ਕਰਾ ਵਾਲਾ ਲਾਗੇ ਸੀ ਸਾਡੇ। ਹਾਂਜੀ। ਕਰਾ ਵਾਲਾ ਲਾਗੇ ਸੀ, ਕਰਾ ਵਾਲਾ। ਅੱਛਾ। ਕਰਾ ਵਾਲਾ ਉਹ ਵੀ ਸ਼ਹਿਰ ਸੀ ਛੋਟਾ ਜਿਹਾ ਕਸਬਾ। ਉੱਥੇ ਜਾ ਕੇ ਸਾਡਾ ਕੈਂਪ ਲੱਗਾ ਸੀ। ਕੈਂਪ ਲੱਗਾ ਸੀ ਜਦੋਂ ਘਰੋਂ ਕੱਢ ਨਿਕਲੇ ਆ ਨਾ ਸੀ। ਉਹ ਵੀ ਪੁੱਛਦਾ ਮੈਂ, ਤੇ ਇਹਦਾ ਪਿੰਡ ਤੁਹਾਡਾ ਸੌਂਕੜ ਪਿੰਡ ਸੀ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਆਲੇ ਦੁਆਲੇ ਇੱਕ ਟੂਰ ਕਲਾਂ ਸੀ। ਉਹ ਸੁਣ ਲਓ, ਕਈਆਂ ਨਾਂ ਭੁੱਲ ਗਏ। ਹਾਂ, ਹੋਰ ਪਿੰਡਾਂ ਦਾ ਪਤਾ ਨੀ ਮੈਨੂੰ। ਚੂੜ ਕਲਾਂ ਇਹ ਦੱਸ ਦੇਣਾ, ਚੂੜ ਕਲਾਂ ਲਾਗੇ ਪਿੰਡ ਸੀ। ਅੱਛਾ। ਜ਼ਿਲ੍ਹਾ ਸਿਆਲਕੋਟ ਸੀ? ਜ਼ਿਲ੍ਹਾ ਸਿਆਲਕੋਟ। ਤੇ ਤੁਹਾਡੇ ਪਿਤਾ ਦਾ ਕੀ ਨਾਂ ਸੀ? ਸਾਡੇ ਪਿਤਾ ਨਾਂ ਇਸਰ ਸਿੰਘ ਸੀ। ਦਾਦਾ ਜੀ ਦਾ? ਦਾਦੀ ਦਾ ਨੀ ਪਤਾ। ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਸਾਲੀ ਮੇਰੀ ਮੈਨੂੰ 10 ਸਾਲ ਦੀ ਉਮਰ ਸੀ। 10 ਸਾਲ ਹੈ ਸੀ। ਹਾਂਜੀ। ਸਮਾਲਪੁਰੀ ਪਿੰਡ ਦੀ ਸਾਰੀ ਨਾਲੀ ਲੱਸੇ ਫਿਰਦੇ ਹੁੰਦੇ ਸਾਰਾ ਸਾਰਾ ਪਿੰਡ ਦਾ ਪਤਾ ਮੈਨੂੰ ਗਲੀਆਂ ਦਾ। ਅੱਛਾ ਜੀ। ਹਾਂਜੀ ਹਾਂਜੀ, ਪੂਰਾ ਪਤਾ। ਚੱਲ 10 ਸਾਲ ਦੇ ਤਾਂ ਦੱਸ ਨਾ ਸਾ। ਨੌ ਨਾਵੇਂ ਪਿੰਡ ਸੀ, ਬੜਾ ਤਗੜਾ ਪਿੰਡ, ਸ਼ਹਿਰ ਨੂੰ ਤਗੜਾ ਪਿੰਡ ਸੀ, ਤੇ ਫਿਰਦੇ ਹੁੰਦੇ ਸਾਰੇ ਅਸੀਂ। ਅੱਛਾ। ਇੱਕ ਸਾਡੇ ਏਦਾਂ ਉੱਚਾ ਜਿਹਾ ਹੁੰਦਾ ਸੀ ਥਾਂ, ਬੋਰਡ ਹੁੰਦਾ ਸੀ, ਦੱਸਿਆ ਤੁਹਾਨੂੰ ਮੈਂ। ਉਹਦੇ ਉੱਤੇ ਸਾਧੂ ਹੁੰਦਾ ਸੀ, ਉਹ ਰਹਿੰਦਾ ਹਰ ਮੌਕਾ ਉੱਥੇ ਰਹਿੰਦਾ ਹੁੰਦਾ ਸੀ, ਤੇ ਖੂਹੀ ਹੁੰਦੀ ਸੀ। ਫਿਰ ਉੱਥੇ ਨਾ ਬੜਾ ਨਿਆਣੇ ਸੀ, ਜਾਗ ਉੱਤੇ ਚੜ ਕੇ ਖੇਡਦੇ ਰਹਿਣਾ, 10-10, 12-12 ਮੁੰਡੇ ਖੇਡਦੇ ਰਹਿਣਾ। ਅੱਛਾ। ਜੀ ਚਿਰਾਂ ਦਾ ਹੁੰਦਾ ਸੀ, ਜੀ ਚਿਰਾਂ ਦਾ ਖੇਡਦੇ। ਅੱਛਾ। ਜਗ੍ਹਾ ਸੀ ਬਾਬੇ ਦੀ? ਹਾਂਜੀ ਹਾਂਜੀ, ਜਗ੍ਹਾ ਸੀ ਜਗ੍ਹਾ, ਤੇ ਉੱਥੇ ਜਾ ਕੇ ਖੇਡਣਾ। ਹਾਂ ਹਾਂ। ਕਿਹੜੇ ਕਿਹੜੇ ਹਾਨੀ ਹੁੰਦੇ ਸਨ ਨਾਲ? ਹਾਂਜੀ, ਸਾਡੇ ਨਾਲ ਇੱਕ ਜੱਜ ਹੁੰਦਾ ਸੀ, ਸਾਡੇ ਬਰਾਬਰ ਦਾ ਭਰਾ ਸਾਡਾ ਸੀ ਕੇ ਦੇ। ਅੱਛਾ। ਹੋਰ ਏਦਾਂ ਮੁੰਡੇ ਹੁੰਦੇ ਹਨ, ਬਾਬਾ ਪੂਰਨ ਹੁੰਦਾ ਸੀ, ਚਿੰਮਾ ਏਦਾਂ ਕਈ ਨਾ ਹੀ ਭੁੱਲ ਜਾਂਦੇ ਹੁੰਦੇ। ਜਿਹੜੀ ਬਰਾਦਰੀ ਆਪਣੀ? ਆਪਣੀ ਬਰਾਦਰੀ ਕਿਵੇਂ ਆ ਰਹੀ ਹੈ? ਪਰਜਾਪੁਰ। ਪਰਜਾਪੁਰ। ਹਾਂਜੀ ਠੀਕ ਹੈ। ਅੱਛਾ, ਜਿਹੜਾ ਤੁਹਾਡਾ ਪਿੰਡ ਹੈ ਸੌਂਕੜ ਪਿੰਡ, ਇੱਥੇ ਕਿਹੜੀ ਕਿਹੜੀ ਬਰਾਦਰੀਆਂ ਵੱਸਦੀਆਂ ਸਨ? ਹੋਰ ਹੋਰ ਜੱਟਾਂ ਦੀ ਬਰਾਦਰੀਆਂ ਬੜੀਆਂ ਹਨ। ਜੱਟ ਸਨ, ਹੋਰ ਵੀ ਛੋਟੀਆਂ ਕਮੀ ਕੋ ਹੈਗੀਆਂ ਹਨ ਬਰਾਦਰੀਆਂ ਬਥੇਰੀਆਂ। ਇੱਕ ਸਾਡੇ ਹੁੰਦਾ ਸੀ ਜੱਟ ਹੁੰਦਾ ਸੀ ਸਰਦਾਰ ਮੰਨਿਆ, ਉਹਦਾ ਨਾਂ ਮੈਨੂੰ ਭੁੱਲ ਗਿਆ ਹੁਣ, ਉਹਦਾ ਮੰਨਿਆ ਤਾਂ ਮੰਨਿਆ ਹੁੰਦਾ ਸੀ। ਅੱਛਾ ਜੀ। ਜਿੱਦਾਂ ਥਾਣੇ ਕੋਈ ਕਿਸੇ ਉੱਥੇ ਕਪਾਤ ਹੋ ਜਾਂਦਾ ਜਾਂ ਕਦੀ ਮਾੜੀ ਚੰਗੀ ਗੱਲ ਹੋ ਜਾਂਦੀ, ਉਹ ਪਿੰਡੇ ਮਕਾਨ ਦਾ ਹੁੰਦਾ ਸੀ। ਅੱਛਾ। ਪਿੰਡੇ ਉਹਦਾ ਨਾਂ ਹੀ ਮੈਨੂੰ ਭੁੱਲ ਗਿਆ, ਕਿ ਉਹ ਬੜਾ ਨਾਂ ਵੱਡਾ ਸੀ ਉਹਦਾ, ਤੇ ਉਹ ਉੱਥੇ ਪਿੰਡ ਹੀ ਮਕਾਨ ਦਾ ਹੁੰਦਾ ਸੀ। ਕੋਈ ਵੀ ਕੰਮ ਹੁੰਦਾ ਸੀ ਨਾ, ਕਿਸੇ ਥਾਣੇ ਜਾਣ ਦੀ ਕਿਸੇ ਜਾਣ ਦੀ ਲੋੜ ਨਹੀਂ ਪੈਂਦੀ ਹੁੰਦੀ। ਉਹ ਜੱਟਾਂ ਦਾ ਨਾਂ ਦੱਸ ਦਿਓ। ਜੱਟਾਂ ਦੇ ਨਾਂ ਮੈਂ ਇੰਨਾ ਨਹੀਂ ਫਿਰਿਆ, ਜੱਟਾਂ ਦਾ ਨਹੀਂ ਜਾਣਦਾ। ਇੱਕ ਹੁੰਦਾ ਸੀ ਜਹਾਰਾ, ਜਹਾਰਾ ਹੁੰਦਾ ਸੀ ਇੱਕ, ਇੱਦਾਂ ਇਹ ਇੱਕ ਦੋ ਨਾਂ ਇਹੋ ਮੈਨੂੰ ਯਾਦ ਆਉਣਾ, ਬਹੁਤਾ ਨਹੀਂ ਹੈ। ਇੰਨੀ ਉਮਰ ਕਿੰਨੀਆਂ ਯਾਦ ਹੋ ਜਾਏ, ਸਿਆਣਾ ਬੰਦਾ ਹੈ ਨਾ ਸਾਰੇ, ਇੱਕ ਦਿਨ ਮਿਲ ਮਿਲਾਉ ਨੇ ਜਾਣ ਨੇ ਖੇਡਦੇ ਵੀ ਹੁੰਦੇ। ਹਾਂ। ਤੇ ਖੱਤਰੀ ਵੀ ਹੈ ਸਨ? ਖੱਤਰੀ ਹੈਗਾ, ਮਹਾਜਨ 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 ਖੱਤਰੀ ਮਹਾਜਨ, ਤੇ ਇਹਨਾਂ ਦੇ ਹੁੰਦੇ ਆ ਡਾਕਟਰਾਂ ਦੁਕਾਨਾਂ ਨਾ, ਉਹ ਵੇਦ ਵੇਦ ਨੂੰ ਕਹਿੰਦੇ ਹੁੰਦੇ ਹਨ, ਜੈਦ ਜੈਦ ਵੇਦ। ਇਹਨਾਂ ਕੋਲ ਹਾੜੀਆਂ ਮਾਈਆਂ ਹਾੜੀਆਂ ਮਾਤਾਵਾਂ ਨਾ, ਇਹਨਾਂ ਕੋਲ ਦਵਾਈ ਲਿਆਉਣੀ, ਜਿਵੇਂ ਡਾਕਟਰਾਂ ਕੋਲ ਇੱਥੇ ਲਿਆਉਂਦੇ ਆ ਨਾ, ਡਾਕਟਰਾਂ ਕੋਲ ਜਾਂਦੇ ਆ ਦਵਾਈ ਲੈਣ, ਇਹਨਾਂ ਕੋਲ ਲਿਆਉਣੀ ਕੋਈ ਡਾਕਟਰ ਦਵਾਈ ਨੀ, ਇਹਨਾਂ ਨੂੰ ਡਾਕਟਰ ਸਮਝਦੇ ਹੁੰਦੇ। ਬਾਜ਼ਾਰ ਸੀ ਪਿੰਡ ਚ? ਪਿੰਡ ਸੀ, ਜ਼ਿਆਦਾ ਦੁਕਾਨਾਂ ਬਾਜ਼ਾਰ ਵੀ ਹੋਵੇ, ਮਾੜਾ ਮੋਟੀ ਦੁਕਾਨਾਂ ਵਾਲਾ। ਕਦੀ ਕਦੀ ਹੋਰ ਦੁਕਾਨਾਂ ਸਨ? ਇੱਦਾਂ ਸਿਆਰੇ ਹੈਗੀਆਂ ਹਨ, ਜਿਹੜੀਆਂ ਖੱਤਰੀਆਂ ਦੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨਾ, ਮਾੜੀ ਮੋਟੀਆਂ। ਉਹ ਦੁਕਾਨਾਂ ਦਾ ਨਾਂ ਲੈ ਦੋ। ਦੁਕਾਨਾਂ ਦਾ ਨਾਂ ਦਾ ਨੀ ਯਾਦ ਹੈ। ਸਕੂਲ ਗਏ ਸੀ? ਹਾਂ, ਸਕੂਲ
ਸਕੂਲ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਮਾਂ ਪਿਓ ਨੇ ਲਾਡਲਾ ਬਹੁਤ ਰੱਖਿਆ ਸੀ ਸਾਨੂੰ। 5 ਸਾਲ ਦੇ ਉਦੋਂ ਬੱਚੇ ਨੂੰ ਪਾਉਂਦੇ ਸੀ ਪੜ੍ਹਨ ਲਈ, ਤੇ ਮੈਂ ਜਾਂਦਾ ਹਾਂ ਤੇ ਮੈਂ ਜਾ ਕੇ ਨਾ ਫੇਰਾ ਮਾਰ ਕੇ ਆਉਂਦਾ, ਫਿਰ ਮੈਂ ਜਾਂਦਾ ਹੀ ਨੀ ਹਾਂ, ਫਿਰ ਮੈਂ ਜਾਂਦਾ ਹੀ ਨੀ ਹਾਂ। ਫਿਰ ਉਹਨੇ ਖਹਿੜਾ ਛੱਡਤਾ ਵੀ ਇਹ ਜਾਂਦਾ ਨੀ, ਤੈਨੂੰ ਮਾਰਨਾ ਕੀ ਹੈ। ਉੱਥੋਂ ਥੋੜੇ ਦਿਨ ਪਾਗੇ ਦੇ ਰੌਲੇ ਪੈ ਗਏ, ਫਿਰ ਇੱਧਰ ਆ ਗਏ, ਫਿਰ ਪੜ੍ਹਨ ਦਾ ਪਤਾ ਹੀ ਨੀ, ਪੜ੍ਹੀ ਨੀ ਨਾ ਨਾ ਸਕੂਜਾ ਚੂੜੇ ਵਾਲੇ ਸਾਰੇ ਨੀ ਪਤਾ। ਚਲੋ ਟਾਈਮ ਪਾਸ ਹੋ ਗਿਆ ਸਾਡਾ। ਮੁਸਲਮਾਨ ਵੀ ਹੈ ਸਨ ਪਿੰਡ ਚ? ਮੁਸਲਮਾਨ ਵੀ ਆਣ ਬੜੇ ਆਪਣੇ ਮਹੱਲੇ ਖੇਡਦੇ ਹੁੰਦੇ ਹਾਂ। ਘਰੋਂ ਨਿਕਲੇ ਉਥੋਂ ਕੋਈ ਜਿਦਾਂ ਇਥੋਂ ਗੜ ਹੈ ਨਾ, ਗੜ ਦੇਖਿਆ ਹੋਣਾ, ਇੰਨੀ ਦੂਰ ਕਰਾਵਾਲਾ ਸੀ, ਉੱਥੇ ਕੈਂਪ ਲਾਇਆ ਸੀ। ਕੈਂਪ ਲੱਗ ਜਾਂਦਾ ਨਾ ਤੇ ਤੁਸੀਂ ਮੁੜ ਕੇ ਘਰ ਚੱਲ ਜਾਣਾ, ਮੁੜ ਕੇ ਘਰ ਚੱਲ ਜਾਣਾ। ਸਾਡਾ ਮਾਂ ਪਿਓ ਜਿਹੜੇ ਹਨ ਵੇਲੀਆਂ ਬੜੀਆਂ ਤਗੜੀਆਂ ਹੁੰਦੀਆਂ, ਉੱਥੇ ਮਾਇਆ ਮੂਇਆ ਦੱਬ ਆਏ, ਘਰਾਂ ਕੋਈ ਲੈ ਨਾ ਜਾਏ, ਜਾ ਕੇ ਪੁੱਟ ਲਾਂਗੇ, ਤੇ ਫਿਰ ਲੈਣ ਜਾਂਦੇ ਰਹੇ ਨੇ। ਪਿੰਡ ਵਿੱਚ ਦੋ ਤਿੰਨ ਤਿੰਨ ਬੰਦੇ ਇਕੱਠੇ ਹੋ ਗਏ ਨਾ, ਦੋ ਚਾਰ ਚਾਰ ਬੰਦੇ ਗਏ ਇਕੱਠੇ ਹੋ ਗਏ, ਇੱਕ ਬੰਦਾ ਗਿਆ ਤੇ ਉਹ ਮਾਰਿਆ ਗਿਆ ਉੱਥੇ, ਉਦੋਂ ਮੈਂ ਉਹਨੂੰ ਮਾਰਤਾ। ਮੁਸਲਮਾਨਾਂ ਦੀ ਉਦੋਂ ਜਦੋਂ ਜਾਂਦੇ ਰਹੇ ਨਾ, ਦੂਰੋਂ ਵੇਖ ਕੇ ਉਹਨਾਂ ਦੀ ਨਿਗਾਹ ਹੀ ਹੋਰ ਹੋ ਗਈ ਦੱਸਦੇ ਬੰਦੇ ਸਾਡੇ, ਉਹ ਨਿਗਾਹ ਨਹੀਂ ਰਹੀ। 5 ਯਾਰ ਦੋਸਤ ਹੀ ਸਨ, ਕੋਈ ਸਨ, ਫਿਰਦੇ ਤੁਰਦੇ ਮਿਲਦੇ ਜੁਲਦੇ ਮੁਸਲਮਾਨ, ਉਹਨਾਂ ਦੀ ਨਿਗਾਹ ਹੋਰ ਹੋ ਗਈ ਸੀ, ਤੇ ਡਰ ਲੱਗਦਾ। ਇੱਕ ਦੋ ਵਾਰੀ ਗਏ ਨੇ, ਮੁੜ ਕੇ ਨਹੀਂ, ਫਿਰ ਇਸ ਤਰ੍ਹਾਂ ਉੱਥੇ ਆ ਗਏ ਨਾ, ਉੱਥੇ ਆ ਕੇ ਤੇ ਫਿਰ ਥੋੜੇ ਦਿਨ ਹੋਰ 10 ਦਿਨ ਰਹੇ ਗਏ, 5 ਦਿਨ ਰਹੇ ਨੇ, ਏਦਾਂ ਚੌਲ ਚਾਲ ਕੇ ਕੱਪੜੇ ਉੱਤੇ ਪਾ ਕੇ ਠੰਡੇ ਕਰਨੇ, ਉਹ ਖਾਣੇ ਖੁਣੇ ਕਰਨੇ, ਏਦਾਂ ਦਾ ਹਾਲ ਸੀ, ਭਾਂਡੇ ਭੁੰਡੇ ਨੇ। ਫਿਰ ਉਹਨੇ ਐਲਾਨ ਦੇ ਦਿੱਤਾ ਵੀ ਤੂੰ ਪਾਕਿਸਤਾਨ ਨਿਕਲ ਹੋ ਗਿਆ, ਇਹਦਾ ਐਲਾਨ ਕਾਨੂੰਨੀ ਤੌਰ ਤੇ, ਤੇ ਚਲੋ ਤੁਸੀਂ ਹੁਣ ਇੱਧਰ ਨੂੰ ਜਾਣਾ ਵਾ, ਜਲੰਧਰ ਇਲਾਕੇ ਨੂੰ ਮੁਸਲਮਾਨ ਵਾਲੇ ਨੂੰ, ਉੱਥੋਂ ਹਿੰਦੂਆਂ ਜਾਣਾ ਤੇ ਤੁਹਾਡੇ ਇਲਾਕੇ ਨੂੰ ਇਹਨਾਂ ਮੁਸਲਮਾਨ ਆ ਜਾਣਾ, ਤੁਸੀਂ ਹੁਣ ਆਪਣਾ ਪੱਤਰੇ ਚੁੱਕ ਲਓ ਇੱਥੋਂ। ਅਸੀਂ ਫਿਰ ਤੁਰ ਪਏ, ਸਾਡੇ ਮਾਂ ਪਿਓ ਨਾ ਖੱਚਰਾਂ ਆ ਗਈਆਂ ਪਿਓ ਕੋ, ਉਹ ਖੱਚਰਾਂ ਲੈ ਆਇਆ ਜਥੇ ਦੇ ਨਾਲ, ਖੱਚਰਾਂ ਜੁੱਟ ਬਣਾ ਦੇ ਨਾ ਬੰਦਿਆਂ ਨੇ ਇਕੱਠਾ ਜੁੱਟ ਆਪਣਾ, ਜਿਵੇਂ 50 ਬੰਦਿਆਂ ਦਾ ਜਾਂ 10 ਦਾ ਡੰਗਰਾਂ ਦਾ, ਤੇ ਸਾਨੂੰ ਕੋਈ ਰਾਜ ਪਵੇ ਨਾ, ਅਸੀਂ ਇੱਥੋਂ ਪਾਰ ਲੰਘ ਲਈ ਆਪਣੇ ਜਿੱਤਰ ਘਰ ਜਾਣਾ ਵਾ। ਫਿਰ ਅਸੀਂ ਨਾ ਉੱਥੋਂ ਸਾਨੂੰ ਹੋਰ ਕਿਹੜਾ ਕਸੂਰ ਤੋਂ ਕਿੱਥੋਂ ਕਿੱਥੋਂ ਗੱਡੀ, ਉੱਥੋਂ ਗੱਡੀ ਚੜੇ ਅਸੀਂ, ਗੱਡੀ ਚੜੇ, ਗੱਡੀਆਂ ਦੇ ਉੱਤੇ ਥੱਲੇ ਇੰਨਾ ਸੂਈ ਜਿਹਾ ਥਾਂ ਨਾਲ ਬਹਿਣ ਨੂੰ, ਉੱਤੇ ਜਿਹੜਾ ਛੱਤ ਸੀ ਨਾ, ਛੱਤ ਦੇ ਉੱਤੇ ਰੱਸਾ ਬੰਨ ਕੇ ਨਾ ਚਾਰ ਦੁਆਲੇ, ਉੱਤੇ ਸਾਰਾ ਛੱਤ ਭਰਿਆ। ਸਾਡੀ ਮਾਤਾ ਸੀ, ਸਾਡੀ ਭੈਣ ਸੀ ਛੋਟੀ, ਕੋਈ 2-3 ਸਾਲਾਂ ਚ ਤਿੰਨਾਂ ਦੀ, ਸਾਡਾ ਮਾਮਾ ਸੀ ਉੱਤੇ, ਮਾਮੀ ਉੱਤੇ ਬੈਠੇ, ਉਹ ਵੀ ਕਿਤੇ ਕੋਈ ਪਿੱਛੋਂ ਆ ਗਏ ਗੱਡੀ, ਆਹੋ ਉਸੇ ਗੱਡੀ ਚ, ਉਹ ਬਾਸੀ ਵਾਲਦੇ ਹਨ, ਕੁੜੀਆਂ ਥੱਲੇ ਸੁੱਟ ਉੱਥੇ ਲੈਣ ਚ, ਕੁੜੀ ਸੁੱਟ ਮਰੇ, ਕੁੜੀ ਸੁੱਟ ਆਂਦਾ, ਆਂਦੀ ਹਾੜੀ ਮਾਤਾ ਕੁੜੀ ਨੀ ਮੈਂ ਸੁੱਟਣੀ, ਮੈਨੂੰ ਤਾਂ ਖਿੱਚ ਨਾ ਖਿੱਚ, ਪੱਗ ਥੱਲੇ ਦੋਹਰੀ ਕਰਕੇ ਸੁੱਟੀ, ਫਿਰ ਪੱਗ ਨੇ ਖਿੱਚ ਕੇ ਉੱਤੇ ਗੱਡੀ ਤੇ ਚਾੜ ਲਿਆ। ਫਿਰ ਅੱਗੇ ਅਸੀਂ ਆਏ ਹੋਰ ਕਿਹੜੇ ਸਟੇਸ਼ਨ ਤੇ, ਸਟੇਸ਼ਨ ਦਾ ਨੀ ਪਤਾ ਸਾਨੂੰ, ਚੇਤਾ ਉਹ ਕਿਹੜਾ ਸਟੇਸ਼ਨ ਸੀ। ਫਿਰ ਨਾ ਫਿਰ ਉੱਥੇ ਉਹ ਇੰਜਨ ਸੀ ਇੱਕ, ਇੰਜਨ ਲੱਗਾ ਨਾ ਗੱਡੀ ਦੇ, ਉਹ ਪਾਣੀ
ਮੁੱਕ ਗਿਆ ਪਾਣੀ, ਪਾਣੀ ਭਰਨ ਗਿਆ ਮੁਸਲਮਾਨ ਸੀ ਡਰਾਈਵਰ, ਉਹ ਮੈਨੂੰ ਯਾਦ ਹੈ ਹਾਂਜੀ। ਅੱਛਾ, ਤੇ ਮਸਲੀਕ ਗੱਡੀ ਦੇ ਨਾਲ ਕੀਆਂ ਦੇ ਚਾਰ ਜਾਣੇ ਹੋ ਗਏ ਮਸਲੀਕ ਮੁਸਲਮਾਨ। ਅੱਛਾ, ਤੇ ਗੱਡੀ ਇਹ ਜਾਣ ਨੀ ਦੇਣੀ, ਹਿੰਦੂਆਂ ਨੂੰ ਵੱਢ ਦੇਣੀ ਮੁਸਲਿਮ ਲੀਗ। ਹਾਂ, ਮੁਸਲਮਾਨ ਵੱਢ ਦੇਣੀ, ਗੱਡੀ ਛੱਡਣੀ ਹੈਨੀ ਹੈ, ਜਾਣ ਨੀ ਦੇਣੀ। ਜੱਸਰ ਸਟੇਸ਼ਨ ਹੋਣਾ ਹੈ, ਪਤਾ ਨੀ ਸਟੇਸ਼ਨ ਦਾ ਦੱਸਿਆ ਨੀ, ਯਾਦ ਨੀ ਮੈਨੂੰ ਇਹਦੇ ਬੱਚੇ ਕਿਹੜਾ ਯਾਦ ਰਹਿੰਦਾ। ਮੁਸਲਮਾਨ ਲਾ ਕੇ ਨਾ ਇੰਜਣ ਪੂਰਾ ਆ ਕੇ ਮਾਰੀ ਭਾਬੋ ਨੇ ਸ਼ੇਰਾਂ ਅੰਗਰਾਂ ਨਾ, ਸਾਰਾ ਅਸਲਾ ਰੱਖਿਆ ਉਹਨਾਂ ਵਿੱਚ ਬੰਦੇ ਨਾਲ ਨੇ, ਸਾਰਾ ਭੁੰਨ ਦਿਆ ਤੁਹਾਨੂੰ ਚਾਰ ਸੌ ਰੁਪਏ ਆਖਿਆ। ਉਹ ਮੁਸਲਮਾਨ ਡਰਾਈਵਰ ਨੇ, ਮੁਸਲਮਾਨ ਸੀ, ਕਿਆ ਭਲਾ ਲੋਕ ਹੋਣਾ, ਆਂਦਾ ਮੈਂ ਭੁੰਨ ਦਿਆਂਗਾ ਤਾਂ ਤੁਹਾਨੂੰ ਇੱਥੇ ਗੱਡੀ ਤੋਂ ਪਿਛਾ ਨਹੀਂ ਛੇਤੀ ਹਟਣਾ, ਤੇ ਛੱਡਣ ਲੱਗਾ ਮੈਂ ਤਾਂ ਬੰਬੇ ਚੱਲ ਭੈਣ ਚੋ ਤੁਹਾਡੇ ਉੱਤੇ। ਦਬਕਾ ਚੱਲ ਗਿਆ, ਦਬਕਾ ਵੀ ਮਾਰ ਚੱਲ ਗਿਆ, ਭੱਜ ਗਏ ਥੇ ਲੁਟੇਰੇ, ਉਹ ਭੱਜ ਗਏ ਚਾਰ ਸਵੇਰੇ, ਫਿਰ ਗੱਡੀ ਛੰਟ ਕਰਕੇ ਛੱਡੀ ਅੱਗੇ। ਉਹ ਕਿਹੜਾ ਦਰਿਆ ਆਇਆ ਡੇਰੇ ਵਾਲਾ, ਰਾਵੀ ਦਰਿਆ, ਰਾਵੀ ਦਰਿਆ, ਉੱਥੇ ਲੋਕਾਂ ਦੇ ਪੈਸੇ ਨਾ ਕੱਟ ਕੱਟ ਸੁੱਟੇ, ਤੇ ਜਿੰਨੇ ਕੋਲ ਬੁੱਝਿਆ ਵੀ ਸ਼ੁਕਰ ਹੈ ਸਾਡੀ ਜਾਨਾਂ ਬਚੀ ਨੇ। ਫਿਰ ਡੇਰੇ ਆ ਕੇ ਉਤਰੇ ਅਸੀਂ, ਡੇਰੇ ਅਸੀਂ ਉੱਥੇ ਵੇਖਿਆ ਤੇ ਲੋਕਾਂ ਨਾ ਸੱਤਰਾਂ ਦੇ ਸੱਤਰ ਪੰਜਾਹ ਉੱਤੋਂ ਮੀਂਹ ਉੱਤੇ ਪਿਆ ਵਰੀ ਜਾਏ, ਮੀਂਹ ਦੀਆਂ ਛਿੱਟਾਂ ਨਾ ਵਰੀ ਜਾਣ, ਨਾ ਝੜੀ ਵੀ ਲੱਗੀ, ਤੇ ਫਿਰ ਉਹ ਨਾ ਵਰਦੇ ਵਰਦੇ ਮੀਂਹ ਵੇਖਿਆ ਤਾਂ ਲੋਕਾਂ ਨੇ ਸੱਤਰਾਂ ਸੱਤਰ ਰੁਪਏ ਮਰੀ ਲੋਕਾਂ ਵੱਢ 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 ਹੋਈ। ਫਿਰ ਅਸੀਂ ਉੱਥੋਂ ਕਲਾਨੋਰ ਹੀ ਆ ਗਏ, ਕਲਾਨੋਰ ਦਿਹਾੜੀ ਦੇ ਰਹੇ ਚਾਰ, ਉੱਥੋਂ ਉੱਠ ਕੇ ਨਾ ਦੇਣ ਲੱਗਾ। ਫਿਰ ਕਾਡੀਆਂ ਲੱਗ ਗਿਆ ਹੈਗਾ ਜਲਾਲਪੁਰ ਭੱਟੀਆਂ, ਉੱਥੇ ਰਹੇ ਕੋਈ ਸਾਲ ਛੇ ਮਹੀਨੇ ਅਸੀਂ ਭੱਟੀਆਂ, ਜਲਾਲਪੁਰ ਭੱਟੀਆਂ ਕਾਡੀਆਂ ਲੱਗ ਗਏ। ਅੱਛਾ, ਕਾਡੀਆਂ ਲੱਗ ਗਏ ਆ, ਇੱਧਰ ਆ ਕੇ ਤੁਹਾਡੇ ਕੋਈ ਹਮਲਾ ਨਹੀਂ ਹੋਇਆ? ਨਾ ਨਾ, ਇੱਥੇ ਮਾਰ ਗਏ, ਸੁਖਪਾਲ ਆ ਗਏ। ਅੱਛਾ, ਫਿਰ ਭੱਟੀਆਂ ਤੋਂ ਫਿਰ ਆ ਇੱਥੇ ਕਿਵੇਂ ਪਹੁੰਚਿਆ, ਕਿਹੜਾ ਇੱਥੋਂ ਨਾ ਉੱਥੇ ਭੱਟੀਆਂ ਦਾ ਅਸੀਂ ਕੋਈ ਸਾਲ ਛੇ ਮਹੀਨੇ ਸਾਡੀ ਭੂਆ ਰਹਿੰਦੀ ਉੱਥੇ ਲੈ ਕੇ ਕਪੂਰਥਲੇ, ਕਪੂਰਥਲੇ ਸਾਡਾ ਦਿਲ ਨੀ ਲੱਗਾ। ਇੱਕ ਸਾਡੀ ਭੂਆ ਇੱਥੇ ਰਹਿੰਦੀ, ਸਾਡੇ ਭਰਾ ਦੀ ਭੈਣ, ਉਹਨੇ ਆਖਿਆ ਉੱਥੇ ਨੀ ਤੁਹਾਡਾ ਦਿਲ ਲੱਗਦਾ, ਇੱਥੇ ਆ ਜਾਓ। ਤੇ ਇੱਥੇ ਆ ਕੇ ਮਹੱਲਾ ਉਦਾਂ ਵਾਲਮੀਕੀਆਂ ਦਾ ਨਾਲ, ਤੇ ਸਾਡਾ ਪ੍ਰਜਾਪਤਾਂ ਦਾ ਮਹੱਲਾ, ਤਿੰਨ ਵਾਰਡ। ਕਿਹੜੇ ਸਾਲ ਚ ਆਏ ਇੱਥੇ? ਯਾਦ ਬਸ ਕੋਲੋਂ ਛੋਟੇ ਛੋਟੇ ਲਿਆ ਮੁੰਡੇ, ਮੁੰਡੇ ਦਾ ਤਗੜੇ ਹੋਣਾ ਦੋ ਸਾਲ ਏਡੇ ਹਨ ਆਏ। ਫਿਰ ਪਾਕਿਸਤਾਨ ਬਣਨ ਤੋਂ ਬਾਅਦ ਦੋ ਤਿੰਨ ਸਾਲ ਬਾਅਦ ਇੱਥੇ ਪਹੁੰਚ ਗਏ ਤੁਸੀਂ? ਆ ਪਹੁੰਚ ਗਏ ਦਸੂਏ ਚ, ਦਸੂਏ ਦੋ ਚਾਰ ਸਾਲ ਬਾਅਦ ਪਹੁੰਚ ਗਏ। ਕਿਹੋ ਜਿਹਾ ਸੀ ਇਹ ਦਸੂਗਾ? ਉਹਨਾਂ ਘੱਟ ਬਾਅਦ ਸੀ ਲੋਕਾਂ ਮਕਾਨ ਕੋਲ, ਇੱਦਾਂ ਅਸੀਂ ਆ ਮੁੱਲ ਲਏ ਥਾਂ ਆਲ ਹੈ, ਪਰ ਕਿਸਾਨ ਤੋਂ ਵਿਹਲੇ ਪਏ ਹਨ, ਵੜ ਵੁੜ ਗਏ ਆ ਮਹੱਲਾ ਸਾਰਾ, ਜੇ ਜਿਹੜੇ ਵਿਹਲੇ ਮਕਾਨ ਹਨ ਵੇਖੇ ਨਾ ਘਰ, ਉਹ ਵੜ ਵੁੜ ਗਏ ਆਪਣਾ ਟਾਈਮ ਪਾਸ। ਹੁਣ ਪੁਰਾਣੇ ਮਕਾਨ ਢਾ ਢੂ ਕੇ ਲੋਕਾਂ ਨਵੇਂ ਬਣਾ ਲਏ ਨੇ। ਤੇ ਜਦੋਂ ਪਿੰਡੋਂ ਨਿਕਲੇ ਉੱਥੋਂ ਸੌਂਕਣ ਪਿੰਡ ਤੋਂ, ਤੇ ਘਰਾਂ ਨੂੰ ਜਿੰਦੇ ਲਾਏ, ਜਿੰਦੇ ਜਿੰਦੇ ਮਾੜੇ ਮੋਟੇ ਲਾਏ, ਤੁਹਾਨੂੰ ਦੱਸਾਂ ਲਾ ਗਏ ਨਾ, ਹਵੇਲੀਆਂ ਨੀ ਪੈਸੇ ਹਵੇਲੀਆਂ ਨੀ ਹਵੇਲੀਆਂ ਜਿਹੜੀਆਂ ਉੱਥੇ ਪੈਸੇ ਦੱਬੇ, ਤੇ ਲੋਕ ਆਖਿਆ ਰੌਲਾ ਕੋਲ ਜੇ ਮੁੜ ਕੇ ਆ ਜਾਣਾ ਘਰ, ਮੁੜ ਕੇ ਪੈਸੇ ਪੂਏ ਲੈਣ ਜਾਂਦੇ ਰਹੇ ਥਾਂ ਲੋਕਾਂ ਨਾਲ, ਗੁੜ ਛੜਿਆ ਕਈਆਂ ਦੇ ਨਾਲ, ਪੁੱਟ ਪੱਟ ਕੇ ਲੈ ਗਏ ਜੋ ਹੈਗਾ। ਕਿਹਦੇ ਹੱਥ ਨੀ ਆਇਆ ਕੁਛ ਵੀ? ਨਾ ਨਾ, ਜਿਹੜਾ ਕਤਲ ਹੋ ਗਿਆ ਸੀ ਕੀ ਨਾਂ ਸੀ ਉਹਦਾ? ਉਹ ਨਾ ਹੀ ਇੱਦਾਂ ਸੀ, ਮੇਰੇ ਮਾਰੂ ਉਹਦਾ ਨਾਂ ਸੀ, ਇੱਦਾਂ ਦਾ ਵੀ ਨਾਂ ਸੀ, ਜੱਟਾਂ ਚੋਂ ਸੀ, ਸਾਡਾ ਸਾਡਾ ਬੰਦਾ ਸੀ। ਅੱਛਾ, ਪ੍ਰਜਾਪਤੀ ਪ੍ਰਜਾਪਤੀ ਠੀਕ। ਅੱਛਾ, ਪ੍ਰਜਾਪਤੀ ਜਿਹੜੇ ਹੋਰ ਸੀ ਤੁਹਾਡੇ, ਕੀ ਨਾਂ ਸੀ ਉਹਨਾਂ ਦੇ ਬਜ਼ੁਰਗ? ਹੋਰ ਕੋਈ ਬਰਕਤ ਸਿੰਘ ਸੀ, ਹੋਰ ਦਵਾਨ ਗਿਆਨ, ਇੱਦਾਂ ਦੇ ਨਾਂ ਕਈ, ਇੱਦਾਂ ਦੇ ਨਾਂ ਕਈਆਂ ਨੇ। ਇੱਕ ਇਹਦਾ ਹਜ਼ਾਰੇ ਦਾ ਪਿਓ ਸ਼ੰਕਰ ਸੀ, ਇਹਦਾ ਕਿੰਨੇ ਬੰਦੇ ਸਾਰਿਆਂ ਦੇ ਨਾਂ ਹੈ, ਮਹੱਲਾ ਇਕੱਠੇ ਦਾ ਇਕੱਠਾ ਸੀ ਸਾਡਾ, ਜਿੱਦਾਂ ਮਹੱਲਾ। ਕੀ ਕਾਰੋਬਾਰ ਸੀ ਤੁਹਾਡੇ ਪਿਤਾ ਜੀ ਦਾ? ਉੱਥੇ ਮਤਲਬ ਉਹ ਖੱਚਰਾਂ ਖੁੱਚਰਾਂ ਬਾਹਰ ਵਪਾਰ ਵਪੂਰ ਮਤਲਬ ਕਰਦੇ ਹਨ, ਦਾਣੇ ਪੱਕਾ ਖੜ ਕੇ ਲਾਗੇ ਵੇਚ ਆਉਂਦੇ ਨੇ ਹਨ, ਕਸਰੂਰ। ਅੱਛਾ, ਕਸੂਰ ਵਿੱਚ ਪੱਕਾ ਇਕੱਠਾ ਕਰਨਾ ਤੇ ਵੇਚ ਕੇ ਆਉਣਾ, ਵੇਚ ਆਉਣਾ, ਇਹ ਕਮਾਈ ਸੀ ਉਹ ਹੀ ਛੱਡੀ।
ਬਾਹਰਲੇ ਪਾਸੇ ਨਿਕਲਣ ਖੂਹੀ ਆਪੀ ਕੱਢੀ ਨੇ ਮਹੱਲੇ ਵਾਲਿਆਂ ਨੇ ਖੂਹੀ ਤੇ ਪਾਣੀ ਡੰਗਰਾਂ ਡੂਆ ਡਾਉਣ ਆਪੀ ਪੀਣਾ ਉਦੋਂ ਨਲਕੇ ਨੂੰ ਕਈ ਹੁੰਦੇ ਖੂਹੀਆਂ ਹੁੰਦੀਆਂ ਕੋਈ ਜਟਾਂ ਦਾ ਆਈ ਕੱਚੇ ਕੁੱਤੇ ਘਰ ਹੁੰਦੇ ਹਨ ਵੇਖੇ ਸੇ ਲੋਕਾਂ ਦਾ ਭਾਈਚਾਰਾ ਕਿਹੋ ਜਿਹਾ ਸੀ ਮੁਸਲਮਾਨਾਂ ਦਾ ਸਿੱਖਾਂ ਦਾ ਤੇ ਤੁਹਾਡਾ ਪ੍ਰਜਾਪਤੀ ਦਾ ਭਾਈਚਾਰਾ ਸਭ ਕੁਝ ਉਹਨਾਂ ਦਾ ਲੋਕਾਂ ਦਾ ਉਹਨਾਂ ਬਹੁਤ ਨਿਰਮਲ ਦਿਲ ਸਨ ਇੱਕ ਦੂਜੇ ਨਾਲ ਪਿਆਰ ਸੀ ਬੋਲ ਚੋਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਮੁਸਲਮਾਨ ਇਹਨਾਂ ਪਿਆਰੇ ਬੜੇ ਪਿਆਰ ਨਾਲ ਮਿਲਦੇ ਹਨ ਜਦੋਂ ਇਹ ਵੇਲਾ ਆਇਆ 47 ਦਾ ਫਿਰ ਨਜ਼ਰਾਂ ਬਦਲ ਗਈਆਂ ਫਿਰ ਨਜ਼ਰ ਬਦਲ ਗਈ ਸੀ ਨਜ਼ਰ ਬਦਲ ਗਈ ਹਾਂਜੀ ਮਾੜੇ ਨੀ ਹਨ ਚੰਗੇ ਹਨ ਚੰਗੇ ਸਨ ਜਿਹੜੀ ਹਵਾ ਵਗੀ ਮਾੜੀ ਨਾ ਇਹਨੇ ਲੋਕਾਂ ਦੇ ਮਨਾਂ ਚ ਮੈਲ ਪਾ ਗਈ ਨਾ ਮਤਲਬ ਦੂਰ ਹੋ ਗਏ ਦੁਸ਼ਮਣ ਬਣ ਗਏ ਮੇਲਾ ਆਪਣੀ ਸਮਾਜ ਦੇਖਿਆ ਉੱਥੇ ਕੋਈ ਮੈਂ ਮੇਲਾ ਛੋਟੇ ਹੁੰਦੇ ਹਾਂ ਮੇਲਾ ਨੀ ਦੂਰ ਕੋਈ ਵਿਆਹ ਵੇਖਿਆ ਵਿਆਹ ਵੀ ਕੋਈ ਏਦਾਂ ਹੀ ਛੋਟੇ ਛੋਟੇ ਹੁੰਦੇ ਹਾਂ ਚੇਤਾ ਨੀ ਵਿਆਹ ਦਾਦੀ ਜਿਹੜੀ ਪੂਰੀ ਹੋ ਗਈ ਸੀ ਫਿਰ ਸਾਡੇ ਦਾਦੇ ਨਾ ਅੱਗੋਂ ਫਿਰ ਟੱਬਰ ਕਰ ਲਿਆ ਟੱਬਰ ਕਰ ਲਿਆ ਪੰਜ ਭਰਾ ਪਹਿਲਾਂ ਹਨ ਫਿਰ ਉਹ ਕਬਰ ਚ ਦੋ ਭਰਾ ਹੋਏ ਇੱਕ ਸਾਡਾ ਭਾਈ ਆ ਈਸ਼ਰ ਸਿੰਘ ਇੱਕ ਛੋਟਾ ਸਾਡਾ ਚਾਚਾ ਹੋਇਆ ਉਹਦਾ ਨਾਂ ਸੀ ਬਹਾਦਰ ਸਿੰਘ ਦੂਜੀ ਜਿਹੜੀ ਉਹਦੇ ਚ ਕਿਹੜੇ ਕਿਹੜੇ ਸਨ ਉਹਦੇ ਚ ਇੱਕ ਚੌਧਰੀ ਸੀ ਇੱਥੋਂ ਦੇ ਨਾਂ ਇਹਨਾਂ ਸਾਰਿਆਂ ਦੇ ਹਨ ਮੈਨੂੰ ਇੱਕ ਦਿਨ ਲਾਲਾ ਏਦਾਂ ਕਹਿੰਦੇ ਏਦਾਂ ਦੇ ਨਾਂ ਸਨ ਇਹ ਨਾਲ ਢੂੰਡਾ ਸੀ ਏਦਾਂ ਦੇ ਨਾਂ ਸਨ ਪੰਜਾਂ ਦੇ ਇੱਕ ਦੇ ਨਾਂ ਇਸ ਤਰ੍ਹਾਂ ਦੇ ਨਾਂ ਹਨ ਨਾਨਕੇ ਬਾਸੀ ਸਨ ਨਾਨਕੇ ਹਰੇ ਬਾਸੀ ਵਾਲ ਸਨ ਬਾਸੀ ਵਾਲ ਬਾਸੀ ਵਾਲ ਕਿੱਥੇ ਪੈਂਦਾ ਸੀ ਇੱਥੋਂ ਨਹੀਂ ਪੈਂਦਾ ਸੀ ਗਾਂ ਜਾਂ ਆਸਾ ਤੇ ਪੈਂਦਾ ਸੀ ਦਾਖ ਨਹੀਂ ਪੈਂਦਾ ਜਿਹੜਾ ਸਿਆਲਕੋਟ ਜੀ ਜਿਹੜਾ ਸਿਆਲਕੋਟ ਕੀ ਨਾਂ ਸੀ ਮਾਮਿਆਂ ਦੇ ਮਾਮੇ ਨਾਲ ਹੀਰਾ ਸਿੰਘ ਸੀ ਇੱਕ ਦਿਨ ਛੋਟੇ ਨੇ ਹੀਰਾ ਸਿੰਘ ਸੀ ਵੱਡੇ ਨਾਲ ਫਕੀਰ ਸਿੰਘ ਸੀ ਦੋ ਮਾਮੇ ਹਨ ਦੋ ਕੋਠੀਆਂ ਪਈਆਂ ਦੋ ਮੁੰਡੇ ਸਾਡੇ ਮਾਮੇ ਦੇ ਭਰਾ ਨੇ ਸਾਡੇ ਭਰਾ ਇੱਥੇ ਦੋ ਸਾਡੇ ਭਰਾ ਜੀ ਸੁਰਜੀਤ ਗੁਰਦੀਪ ਬੜੀ ਕਿਰਪਾ ਮਾਰੇ ਉਹਨਾਂ ਦੋਵਾਂ ਨੇ ਨਾ ਇੱਕ ਦੇ ਤਿੰਨ ਮੁੰਡੇ ਉਹਦੇ ਅੰਦਰ ਤਿੰਨ ਹੀ ਉਹਦੇ ਨੇ ਸਾਰੇ ਇਟਲੀ ਨੇ ਤਾਂ ਕੋਠੀਆਂ ਪਈਆਂ ਸੁਣੀਆਂ ਹੀ ਪਈਆਂ ਉੱਥੇ ਚਲੇ ਗਏ ਕੋਈ ਕੋਠੀ ਨਹੀਂ ਲਾ ਤੁਹਾਡੀ ਰਿਸ਼ਤੇਦਾਰੀ ਹੋਰ ਕਿੱਥੇ ਕਿੱਥੇ ਸੀ ਸਾਡੀ ਬਾਸੀ ਵਾਲੇ ਸੀ ਜਾਂ ਸਾਡੀ ਰਿਸ਼ਤੇਦਾਰੀ ਸੀ ਪਰ ਕੁੜਾਂ ਵਾਲੇ ਸਾਡੀ ਭੈਣ ਉੱਥੇ ਮੰਗੀ ਸੀ ਇੱਕ ਜਲਾਲਪੁਰ ਦੱਸਿਆ ਭੱਟੀਆਂ ਉੱਥੇ ਕੁਝ ਦੇ ਵੀ ਇਕੱਠੇ ਇੱਥੇ ਹੋ ਗਏ ਮੇਰੇ ਇਕੱਠੇ ਹੋ ਗਏ ਇਸ ਤਰ੍ਹਾਂ ਹੀ ਆ ਵੀ ਉਹ ਕਿਸੇ ਦੇ ਉਹਨਾਂ ਦਾ ਵੀ ਕਦੀ ਕੁਝ ਵੀ ਨੀ ਵਖਾਣਾ ਚਲੋ ਹੁਣ ਭੈਣ ਸਾਡੀ ਵੀ ਜਵਾਨ ਸੀ ਭੁਜਾ ਸਾਡਾ ਵੀ ਜਵਾਨ ਸੀ ਬਾਬਾ ਤੇ ਉਸ ਤਰ੍ਹਾਂ ਵਖ ਲੈ ਗਏ ਕੀ ਹੁਣ ਚਲੋ ਟਾਈਮ ਤੇ ਬਾਸ ਕਰ ਉੱਥੇ ਫੇਰੇ ਦੇ ਤੇ ਗੁਰਦੁਆਰੇ ਤੇ ਚਲੋ ਭੂਆ ਹੈਗੀਆਂ ਸਨ ਭੂਆ ਹੈਗੀਆਂ ਸਨ ਉਹ ਕਿੱਥੇ ਸਨ ਭੂਆ ਉਹ ਕਈ ਸੀ ਹੁੰਦੀ ਸੀ ਇੱਕ
ਬਾਕੀ ਤੁਹਾਡੇ ਪਿੰਡ ਤੇ ਹਮਲਾ ਨਹੀਂ ਹੋਇਆ ਕੋਈ? ਸਰਦਾਰ ਸਾਡਾ ਮੰਨਿਆ ਉਹਦੇ ਹੁਕਮ ਚੱਲਦੇ ਹਾਂ, ਉਹਨੇ ਆਖਿਆ ਕਰਾਲੇ ਨੇ ਕੱਢਤਾ ਉੱਥੇ ਬਹੋ ਫਿਰ ਵੇਖੀ ਜਾਏਗੀ। ਲਾਂਬੇ ਨਿਹਾਲੇ ਹੁੰਦੇ ਨੇ ਤੁਹਾਡੇ ਇੱਧਰ ਨਾ ਕੋਈ ਪੈ ਜੇ ਪਿੰਡ ਚੇਤੇ ਆਉਂਦਾ ਬੜਾ, ਜਾਈਏ ਵੇਖੀ ਗਈਆਂ ਵੀ ਨੀ ਸਾਰਾ ਪਤਾ। ਅੱਛਾ ਜੇ ਤੁਹਾਨੂੰ ਲੈ ਜਾਵੇ ਪਾਕਿਸਤਾਨ ਪਿੰਡੋਂ ਬਾਹਰ ਛੱਡ ਦੇਵੇ ਘਰ ਲੱਭਣਾ ਮੀਟੀ ਮਾੜੀ ਖੇਡਣੀ ਮੀਟੀ ਹੁੰਦੀ ਨਾ ਮੀਟੀ ਮੁੰਡੇ ਖੇਡਦੇ ਸਪੀ ਚਲਾਂਗਾ ਉੱਤੇ ਉੱਤੇ ਬਹੁਤ ਜਿੰਨਾ ਥਾਂ ਨਾ ਕਨਾਲ ਥਾਂ ਜਿੰਨਾ ਬੜਾ ਉਹਦੀਆਂ ਹੁੰਦੀਆਂ ਡਾਂਗੀਆਂ ਥੱਲੇ ਤੇ ਉੱਤੇ ਬਾਬਾ ਹੁੰਦਾ ਸੀ ਸਾਧੂ ਜਿਹੜਾ ਹੁੰਦਾ ਸੀ ਉਹ ਕੋਈ ਨੀ ਆਖਣਾ ਖੇਡਦੇ ਹਾਰਦੇ ਰਹਿਣਾ। ਇਹ ਕਿਹੜੀ ਖੇਡ ਹੁੰਦੀ ਚੋਰੀ ਚੜਕਾ ਹੈ ਕਿਸ ਤਰ੍ਹਾਂ ਖੇਡੀ ਜਾਂਦੀ ਸੀ? ਜੀ ਜੀ ਤਾਂ ਇਦਾਂ ਦੇਖਦੇ ਆ ਫੜ ਲਓ ਉੱਤੇ ਚੜ ਗਿਆ ਉਹਨੂੰ ਫੜ ਲਓ ਉਹਨੂੰ ਫੜ ਲਓ। ਅੱਛਾ ਇਦਾਂ ਹੀ ਨਿਆਣੀ ਹੋ ਗਈ। ਹਾਂ ਯਾ ਨੀ ਨਾ ਆ ਨਿਆਣੇ ਨੀ ਸੀ ਨਿਆਣੇ ਨੇ ਖੇਡਾ ਹੋ ਗਿਆ। ਠੀਕ ਹੈ ਚਲੋ ਠੀਕ ਹੈ ਆਪੂ ਜੀ ਤੇ ਚਾਲ ਬਹੁਤ ਸ਼ੁਕਰੀਆ।